ਮੋਟਰਸਾਈਕਲ ਹੀ ਸਾਰਾ ਗੱਡੀ ਥੱਲੇ, ਉਹਦਾ ਵੀ ਬੰਪਰ ਗਿਆ ਵਾ। ਮੇਰਾ ਯਾਰ ਫੋਨ ਲਾ ਚਾਰਜ ਪਹਿਲਾਂ ਧਿਆਨ ਨਾਲ ਲਾਇਆ ਵਾ, ਧਿਆਨ ਹੋਰ ਨਾ ਖਾਣਾ ਹੋਣੀ ਨਾ ਹੀ ਲਾਓ ਸਾਜੇ ਵਾਲੀ ਭੀੜ ਬੜੀ ਆ। ਮੇਰੇ ਵਿੱਚ ਮੁੰਡਾ ਉਹ ਮੈਂ ਕਹਿ ਰਿਹਾ ਫੋਨ ਤੇ ਫੋਨ ਲਾਇਆ ਕੀ ਕਹਿੰਦਾ ਉਹ ਸਾਰੇ ਬੰਦੇ ਭਾਜੀ ਕਹਿੰਦੇ ਮਾਰ ਦੇਣ ਕੇ ਵੀਰੇ ਤੈਨੂੰ ਘਰ ਪਤਾ ਕਿੱਥੇ ਆ, ਘਰ ਪਤਾ ਕਿੱਥੇ ਆ, ਚੱਕੋ ਮੇਰੇ ਨੂੰ ਬਾਹਰ ਆ ਗਿਆ ਓਏ ਯਾਰ ਲੱਟੀ ਆ ਲਾ ਕੇ ਚੱਲੋ ਬਾਹਰ ਕੱਢ ਲਿਆ ਪਹਿਲਾਂ ਥਾਣੇ ਲੈ ਕੇ ਚੱਲੋ ਇਹਨੂੰ ਮੈਨੂੰ ਮਾਰਦਾ ਨਹੀਂ ਕੋਈ ਮਾਰਦਾ ਨਹੀਂ ਕੋਈ ਬੰਦਰਾਂ ਦੇ ਚੀਜ਼ਾਂ ਚਾੜ ਦੇ ਇੱਕ ਮਿੰਟ ਬੰਦੇ ਬੁਲਾ ਕੇ ਤੇ ਕਰੇ ਗੱਡੀ ਆ ਵਾਲੀ ਗੱਡੀ ਹੋ ਰਹੀ ਮੁੰਡੇ ਨਾਲ ਕਹਿੰਦੇ ਭੱਜ ਗਏ ਮੇਰੇ ਮੇਰੀ ਗੱਲ ਸੁਣ ਲਓ ਮੇਰੇ ਘਰ ਦੇ ਨੇ ਇਹਨਾਂ ਨੇ ਮਾਰ ਜਾਣਾ ਮੈਂ ਡੈਡੀ ਵੀ ਮਰ ਜਿਹੜੀ ਤੂੰ ਤਿੰਨ ਚਾਰ ਬੰਦੇ ਲਾਈਵ ਕਰਾ ਕਰਨੀ ਉਹ ਕੀ ਸੀਗਾ ਫਿਰ ਮੇਰੇ ਗੱਲ ਨਾ ਮੈਂ ਭੁਗਤਾ ਸਾਰਾ ਕੁਝ ਭੁਗਤਾ ਤੇਰੀ ਲਾਈਵ ਤੋਂ ਦਿਖ ਰਹੀ ਸਾਡੀ ਲਾਈਵ ਤੈਨੂੰ ਦਿਖ ਰਹੀ ਬਜਾ ਰਹੀ ਥਾਣੇ ਜੇਲ੍ਹ ਤੇ ਚੜ ਗਿਆ ਮੇਰੀ ਮੰਮੀ ਨੇ ਮਾਰ ਜਾਣਾ ਨਾ ਚਲਾਇਆ ਕਰੋ ਗੱਡੀਆਂ ਨਹੀਂ ਆਉਂਦੀ ਸੀਗੇ ਤੇ ਉਹ ਭਾਈ ਮੋਟਰਸਾਈਕਲ ਸੀ ਇੱਕ ਗੱਡੀ ਥੱਲੇ ਪੂਰਾ ਹੋਇਆ ਪਿਆ ਸੀਗਾ ਇੱਕ ਬੰਦੇ ਦੇ ਹੋਰ ਹੀ ਨਾਲ ਜਿਹੜੀ ਕੀਆ ਹੈਗੀ ਸੋਹਰੇ ਥੱਲੇ ਮੋਟਰਸਾਈਕਲ ਪੂਰਾ ਵਾੜਤਾ ਹੋਇਆ ਸੀ ਤੇ ਇਹ ਤੇ ਬਾਈ ਪੱਲੇ ਬੰਨੇ ਰੋਡ ਤੇ ਪਿਆ ਸੀ ਤੇ ਅਸੀਂ ਨੰਗਨ ਨੇ ਵੇਖਿਆ ਖਲੋਤਾ ਜਾਈ ਤੇ ਅੰਬਰਸਰੋਂ ਆਏ ਆ ਡਰੋਪ ਲਾਉਣ ਆਏ ਸੀ ਸਵਾਰੀ ਦਾ ਚੱਲ ਅਸੀਂ ਚੱਲ ਹੈਲਪ ਕਰ ਦਿੰਦੇ ਹਾਂ ਅਸੀਂ ਤਾਂ ਵਾਦਾ ਇੱਥੇ ਲਿਆ ਕੇ ਹੁਣ ਛੱਡਿਆ ਹੈਗਾ ਗਲਤੀ ਕਿਹਦੀ ਸੀਗੀ ਗਲਤੀ ਭਾਈ ਉਹ ਮੁੰਡਿਆਂ ਦੀ ਜਿਹੜੇ ਮੋਟਰਸਾਈਕਲ ਤੇ ਸੀ ਹਾਂਜੀ ਜਿਹੜੇ ਨਹੀਂ ਗੱਡੀਆਂ ਦੇ ਭਾਈ ਜਿਹੜੇ ਕਾਰ ਤੇ ਸੀਗੇ ਹਾਂਜੀ ਹਾਂਜੀ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਇੱਕ ਬੰਦੇ ਨੇ ਉੱਥੇ ਭਾਲਿਆ ਸਰਦਾਰ ਵੀ ਹੋ ਗਿਆ ਗਿਆ ਸੀ ਲੱਗਦਾ ਉਹਨੇ ਕੋਈ ਡਰਿੰਕ ਜਾਂ ਨਸ਼ਾ ਵਗੈਰਾ ਜਾਂ ਕੁਝ ਹੋਰ ਕਿੱਦਾਂ ਦਾ ਸੀ ਭਾਈ ਦਾਰੂ ਪੀਤੀ ਸੀ ਤੇ ਪੁਲਿਸ ਆਈ ਸੀ ਮੁੱਖ ਪੁਲਿਸ ਆ ਗਈ ਹਾਂਜੀ ਬਾਅਦ ਵਿੱਚ ਆ ਗਈ ਸੀ ਪੁਲਿਸ ਆਈ ਹੈ ਉਹਨਾਂ ਨੇ ਬੰਦਾ ਫੜ ਲਿਆ ਇੱਕ ਚਾਰ ਭੱਜ ਗਏ ਉੱਥੇ ਇਹ ਹੁਣ ਕਿੰਨੇ ਜਣੇ ਜ਼ਖਮੀ ਹੋ ਕਿੰਨੇ ਲੈ ਕੇ ਆਏ ਮੈਂ ਇੱਕ ਨੂੰ ਲੈ ਕੇ ਆਇਆ ਵਾ ਇੱਕ ਜ਼ਖਮੀ ਸੀਗਾ ਭਾਈ ਕੱਲੇ ਹੀ ਜੈਂਟਸ ਨਹੀਂ ਇਹ ਜੈਂਟਸ ਜੈਂਟਸ ਇਹ ਕਿੰਨੇ ਵਜੇ ਦਾ ਹੈਗੇ ਆ ਟਾਈਮ ਬਸ ਹੁਣ 5 10 ਮਿੰਟ ਪਹਿਲਾਂ ਦੀ ਗੱਲ ਆ ਠੀਕ 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 ਮੈਂ ਕਿਹਾ ਜੀ ਮੈਂ ਮੋਟਰਸਾਈਕਲ ਤੇ ਜਾ ਰਹੀ ਆਪਣੇ ਘਰੇ ਮੇਰੇ ਵਿੱਚ ਕਾਰ ਮਾਰੀ ਮੁੰਡੇ ਨੇ ਮੈਨੂੰ ਨਹੀਂ ਪਤਾ ਕੌਣ ਆ ਮੁੰਡੇ ਕੌਣ ਨਹੀਂ ਇਹਨਾਂ ਨੂੰ ਮੁੰਡਿਆਂ ਨੂੰ ਪਤਾ ਇਹਨਾਂ ਕਹਿੰਦੇ ਮੁੰਡੇ ਫੜੇ ਹੋਏ ਆ ਕਿੰਨੇ ਕਾਰ 'ਚ ਕਿੰਨੇ ਬੰਦੇ ਸੀਗੇ ਜੀ ਇਹ ਨਹੀਂ ਮੈਨੂੰ ਪਤਾ ਭਾਜੀ ਠੀਕ ਮੇਰੇ ਹੱਥੇ ਵੀ ਸੱਟ ਲੱਗੀ ਮੇਰੀ ਲੱਤ ਬਿਲਕੁਲ ਹੀ ਨਹੀਂ ਹਿੱਲ ਰਹੀ ਇਹ ਮੁੰਡਿਆਂ ਨੂੰ ਪਤਾ ਕਹਿੰਦੇ ਮੁੰਡੇ ਫੜੇ ਹੋਏ ਜੀ ਭਾਜੀ ਮੇਰੀ ਮਦਦ ਕਰ ਦਿਉ ਬਸ ਇੰਨਾ ਹੀ ਮੇਰੀ ਲੱਤ ਦਾ ਹੱਲ ਹੋ ਜਾਵੇ ਬਸ ਕਰੀ ਯਾਰ ਵੀਰੇ
ਦੀ ਲੱਤ ਬਿਲਕੁਲ ਨਹੀਂ ਹਿੱਲ ਰਹੀ। ਬੰਦੇ ਨੇ ਨਾਮ ਕੀ ਹੈ ਜੀ? ਮੇਰਾ ਨਾਮ ਸੁਰਜੀਤ ਕੁਮਾਰ ਆ। ਮੈਂ ਕਾਰ ਮੋਟਰਸਾਈਕਲ ਤੇ ਆ ਰਿਹਾ ਸੀ, ਮੇਰੇ ਵਿੱਚ ਕਾਰ ਮਾਰੀ, ਮੇਰੀ ਲੱਤ ਟੁੱਟ ਗਈ ਹੈ। ਕਿੱਥੇ ਕਰਕੇ ਹੋਇਆ ਜੀ? ਹਿੰਦੀ ਨਹੀਂ ਵੀ ਪਾਵਾ ਮੋੜ ਦੇ ਉੱਤੇ। ਪਾਵਾ ਮੋੜ ਦੇ ਉੱਤੇ ਕਿੱਥੇ ਰਹਿਣ ਵਾਲੇ ਹੋ? ਮੈਂ ਸ਼ਿਮਲਾਪੁਰੀ ਲੋਹਾਰੇ ਰਹਿਣ ਵਾਲਾ, ਮੈਂ ਕਿਰਾਏ ਦੇ ਰਹਿਣਾ ਜੀ। ਕੀ ਕੰਮ ਕੀ ਕਰਦੇ? ਮੇਰਾ ਵੇਟਰ ਦਾ ਕੰਮ ਹੈ ਜੀ। ਠੀਕ ਹੈ ਜੀ। ਮੈਂ ਦਿਹਾੜੀਆਂ ਲਾਉਂਦਾ, ਮੇਰੀ ਲੱਤ ਨਹੀਂ ਹਿੱਲਦੀ। ਹਾਂਜੀ।